ਸੰਧੂ ਵਾਲਾ ਜਿਹੜਾ ਕਿ ਕਹਿ ਲਈਏ ਕਿ ਭਾਰਤ ਦਾ ਆਖਰਲਾ ਪਿੰਡ ਹੈਗਾ। ਜ਼ਮੀਨੀ ਹਾਲਾਤ ਤੁਹਾਨੂੰ ਦਿਖਾਣੇ ਆ ਜਿੱਥੋਂ ਤੱਕ ਕੋਈ ਵੀ ਨਹੀਂ ਪਹੁੰਚਿਆ, ਯਾਨੀ ਕਿ ਇੱਥੇ ਪਹੁੰਚਣਾ ਵੀ ਇੱਕ ਸੰਘਰਸ਼ ਤੋਂ ਘੱਟ ਨਹੀਂ ਹੈਗਾ। ਚਾਰੇ ਪਾਸੇ ਪਾਣੀ ਹੀ ਪਾਣੀ ਹੈ, ਦੂਰ ਤੱਕ ਜਿੱਥੇ ਤੱਕ ਨਜ਼ਰ ਜਾਂਦੀ ਹੈ। ਜਿਸ ਸ਼ਖਸ ਦਾ ਘਰ ਡਿੱਗ ਗਿਆ, ਘਰ ਦੇ ਨਾਮ ਤੇ ਸਿਰਫ ਇੱਕ ਦਰਵਾਜ਼ਾ ਹੀ ਖੜਾ ਰਹਿ ਗਿਆ। ਇਹ ਘਰ ਹੁੰਦਾ ਸੀ ਪਿਛਲੀ ਵਾਰੀ ਜਦ ਅਸੀਂ ਆਏ ਸੀ, ਤਾਂ ਇਹ ਕਦੋਂ ਡਿੱਗ ਗਿਆ ਪਾਣੀ? ਤਾਂ ਫਿਰ ਜਦੋਂ ਆਇਆ ਯਕਦਮ ਹੀ ਉੱਪਰ ਦਰਿਆ ਤੋਂ ਬਾਹਰ ਹੀ ਨਿਕਲਦਾ ਆਇਆ ਸੀ। ਇਹਨੇ ਤਾਂ ਫਿਰ ਸਾਨੂੰ ਵਾਜਾਂ ਸਾਰੇ ਭੱਜ ਭੁੱਜ ਗਿਆ ਤੇ ਸਾਰੀ ਛਾਤੀ ਯਕਦਮ ਥੱਲੇ ਡਿੱਗ ਗਈ। ਨੁਕਸਾਨ ਇਸ ਦੌਰਾਨ ਕਿੰਨਾ? ਆਪਣੇ ਬਾਰਡਰ ਪਾਕਿਸਤਾਨ ਤੱਕ ਪੂਰਾ ਜਿਹੜਾ ਏਰੀਆ ਤਹਿਸ ਨਹਿਸ ਹੋ ਗਿਆ, ਕੁਛ ਨਹੀਂ ਬਚਿਆ। ਵਾਲਾ ਮੌਜੂਦ ਹੈਗੇ ਆ, ਆਤੂ ਵਾਲਾ ਜਿਹੜਾ ਕਿ ਕਹਿ ਲਈਏ ਕਿ ਭਾਰਤ ਦਾ ਆਖਰਲਾ ਪਿੰਡ ਹੈਗਾ। ਮਹਿਜ਼ ਕੁਝ ਮੀਟਰ ਅੱਗੇ ਜਿਹੜੀ ਹੈ ਤਾਰ ਆ ਜਾਂਦੀ ਹੈ, ਤਾਂ ਇੱਥੋਂ ਦੇ ਹਾਲਾਤ ਜਿਹੜੇ ਆ ਜ਼ਮੀਨੀ ਹਾਲਾਤ ਤੁਹਾਨੂੰ ਦਿਖਾਉਂਦੇ ਆ ਜਿੱਥੋਂ ਤੱਕ ਕੋਈ ਵੀ ਨਹੀਂ ਪਹੁੰਚਿਆ। ਅਸੀਂ ਕੋਸ਼ਿਸ਼ ਇੱਕ ਕੀਤੀ ਆ, ਹਾਲਾਂਕਿ ਇੱਥੇ ਆਉਣ ਲਈ ਵੀ ਕਾੜਾ ਸੰਘਰਸ਼ ਕਰਨਾ ਪਿਆ, ਪਹਿਲਾਂ ਟਰੈਕਟਰ ਅਤੇ ਲਿਫਟ ਲਈ ਕਿਉਂਕਿ ਪਾਣੀ ਬਹੁਤ ਜ਼ਿਆਦਾ ਸੀ, ਉਸ ਤੋਂ ਬਾਅਦ ਪੈਦਲ, ਫਿਰ ਬੋਟ, ਤਾਂ ਬੋਟ ਤੋਂ ਬਾਅਦ ਫਿਰ ਪੈਦਲ, ਯਾਨੀ ਕਿ ਇੱਥੇ ਪਹੁੰਚਣਾ ਵੀ ਇੱਕ ਸੰਘਰਸ਼ ਤੋਂ ਘੱਟ ਨਹੀਂ ਹੈਗਾ। ਤਸਵੀਰਾਂ ਜਿਹੜੀਆਂ ਦਿਖਾਉਂਦੇ ਹਾਂ, ਹੁਣ ਤੋਂ ਪਹਿਲਾਂ ਜਦ ਅਸੀਂ ਇੱਥੇ ਆਏ ਸੀ ਤਾਂ ਇਸ ਜਗ੍ਹਾ 'ਤੇ ਇੱਕ ਘਰ ਦਿਖਾਈ ਦਿੰਦਾ ਸੀ, ਇੱਕ ਕਮਰਾ ਸੀਗਾ ਜਿਸ ਦੇ ਵਿੱਚ ਇੱਕ ਬਜ਼ੁਰਗ ਦੰਪਤੀ ਰਹਿੰਦੇ ਸੀਗੇ, ਲੇਕਿਨ ਹੁਣ ਉਸ ਕਮਰੇ ਦੇ ਨਾਮ 'ਤੇ ਸਿਰਫ ਅਤੇ ਸਿਰਫ ਇੱਕ ਲੋਹੇ ਦਾ ਦਰਵਾਜ਼ਾ ਹੀ ਰਹਿ ਗਿਆ, ਜਾਂ ਇੱਕ ਢਾਰਾ ਦਿਖਾਈ ਦਿੰਦਾ ਕਿ ਢਾਰਾ ਹੈਗਾ, ਇੱਥੇ ਕਿਤੇ ਕਮਰਾ ਹੁੰਦਾ ਸੀਗਾ। ਔਰ ਚਾਰੇ ਪਾਸੇ ਪਾਣੀ ਹੀ ਪਾਣੀ ਹੈ, ਦੂਰ ਤੱਕ ਜਿੱਥੇ ਤੱਕ ਨਜ਼ਰ ਜਾਂਦੀ ਹੈ। ਪਾਣੀ ਦੇ ਨਾਲ ਜਿਹੜਾ ਸਾਰੇ ਖੇਤ ਜਿਹੜੇ ਆ ਉਹ ਭਰੇ ਹੋਏ ਆ, ਇਹਦੇ ਵਿੱਚ ਪਸ਼ੂ ਚਾਰਾ ਵੀ ਹੈਗਾ, ਝੋਨਾ ਵੀ ਹੈਗਾ, ਹੋਰ ਵੀ ਸਬਜ਼ੀਆਂ ਹੈਗੀਆਂ। ਤਾਂ ਇੱਥੋਂ ਦੇ ਜਿਹੜੇ ਲੋਕ ਆ ਉਹਨਾਂ ਨਾਲ ਵੀ ਗੱਲ ਕਰਦੇ ਹਾਂ, ਸਾਡੇ ਨਾਲ ਸਰਪੰਚ ਸਾਹਿਬ ਮੌਜੂਦ ਹੈ ਸਟਾਣੀ ਦੇ, ਉਹਨਾਂ ਨਾਲ ਗੱਲਬਾਤ ਕਰਦੇ ਆ। ਸਰਪੰਚ ਸਾਹਿਬ, ਇਹ ਘਰ ਹੁੰਦਾ ਸੀ ਪਿਛਲੀ ਵਾਰੀ ਜਦ ਅਸੀਂ ਆਏ ਸੀ, ਤਾਂ ਇਹ ਕਦੋਂ ਕੁ ਡਿੱਗਿਆ ਕਦੋਂ? ਇਹ ਵੀਰ ਜੀ, ਜਦੋਂ ਦੁਬਾਰਾ ਪਾਣੀ ਆਇਆ ਨਾ ਹੁਣ 4 ਦਿਨ ਪਹਿਲਾਂ, ਤਾਂ ਇਹ ਵਿਚਾਰੇ ਇੱਥੇ ਆਹ ਕੁ ਟਾਈਮ ਸੀ ਮਤਲਬ ਪਿਆ ਸੀ ਇੱਧਰ ਪਾਣੀ, ਤਾਂ ਫਿਰ ਜਦੋਂ ਆਇਆ ਯਕਦਮ ਹੀ ਉੱਪਰ ਦਰਿਆ ਤੋਂ ਬਾਹਰ ਹੀ ਨਿਕਲਦਾ ਆਇਆ ਸੀ। ਤਾਂ ਇਹਨੂੰ ਜਦੋਂ ਪਤਾ ਲੱਗਿਆ ਕਿ ਦਲਵਾੜਾਂ ਪੈਣੀਆਂ ਸ਼ੁਰੂ ਹੋ ਗਈਆਂ, ਇਹਨੇ ਤਾਂ ਫਿਰ ਸਾਨੂੰ ਵਾਜਾਂ ਸਾਰੇ ਭੱਜ ਭੁੱਜ ਗਿਆ ਅਤੇ ਫਟਾਫਟ ਇਹਨਾਂ ਦਾ ਵਾਹ ਸਮਾਨ ਕੱਢ ਲਿਆ, ਕੋਈ ਅੱਧਾ ਪਜਾਦਾ ਕੱਢਿਆ, ਕੋਈ ਵਿੱਚ ਹੀ, ਅਤੇ ਸਾਰੀ ਛਾਤੀ ਯਕਦਮ ਥੱਲੇ ਡਿੱਗ ਪਈ। ਤਾਂ ਅਸੀਂ ਤਾਂ ਸ਼ੁਕਰ ਕਰਦੇ ਹਾਂ ਮਾਲਕ ਦਾ, ਜਿਹੜਾ ਇਹਨਾਂ ਦਾ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ, ਅਤੇ ਹੁਣ ਵਿਚਾਰੇ ਅੱਜ 2-3 ਦਿਨ ਹੋ ਗਏ ਪਿੱਛੇ ਚੱਲ ਪਿੰਡ ਰਹਿੰਦੇ ਪਿਆ ਕਿਸੇ ਘਰ ਚਲੇ ਗਏ ਇੱਥੋਂ। ਕਿੰਨਾ ਕੁ ਨੁਕਸਾਨ ਹੋਇਆ ਜੇਕਰ ਆਪਾਂ ਨੁਕਸਾਨ ਦੀ ਗੱਲ ਕਰ ਲਈਏ? ਫਸਲਾਂ ਪ੍ਰਭਾਵਿਤ ਹੋਈਆਂ ਹੁਣ, ਹਾਲਾਂਕਿ ਪਾਣੀ ਜਿਹੜਾ ਹੈਗਾ ਉਹ ਘਟਣਾ ਸ਼ੁਰੂ ਹੋ ਗਿਆ, 1-2 ਫੁੱਟ ਜਿਹੜਾ ਅੱਜ ਡਾਊਨ ਹੋਇਆ ਪਾਣੀ, ਲੇਕਿਨ ਨੁਕਸਾਨ ਇਸ ਦੌਰਾਨ ਕਿੰਨਾ ਕੁ ਹੋ ਗਿਆ? ਇਹ ਸਰ ਤੁਸੀਂ ਇਸ ਗੱਲ ਦੇ ਆਪ ਗਵਾਏ ਹੋ ਕਿ ਉਹ ਨਹਿਰ ਜਿੱਥੋਂ ਤੁਸੀਂ ਪੈਦਲ ਤੁਰ ਕੇ ਆਏ ਹੋ ਉੱਥੋਂ ਲੈ ਕੇ ਤਾਂ ਆਪਣੇ ਬਾਰਡਰ ਪਾਕਿਸਤਾਨ ਤੱਕ ਪੂਰਾ ਜਿਹੜਾ ਏਰੀਆ ਤਹਿਸ ਨਹਿਸ ਹੋ ਗਿਆ, ਕੁਛ ਨਹੀਂ ਬਚਿਆ। ਜੇ ਕੋਈ ਮਾੜਾ ਮੋਟਾ ਉੱਚੀਆਂ ਥਾਵਾਂ 'ਤੇ ਸੀਗੇ ਝੋਨੇ ਜਾਂ ਪੱਠੇ, ਉਹ ਬਚੇ ਨੇ, ਬਾਕੀ ਜਿਹੜਾ ਨੀਵੀਆਂ ਥਾਵਾਂ 'ਤੇ ਪੂਰਾ ਪਾਣੀ ਹੀ ਪਾਣੀ ਹੋ ਗਿਆ, ਸਾਰਾ ਟੋਟਲ ਜਿਹੜਾ ਬਰਬਾਦੀ ਹੋ ਗਈ। ਆਪਣੇ ਏਰੀਏ ਦੀ ਜੇਕਰ ਆਪਣੇ ਏਰੀਏ ਦੀ ਗੱਲ ਕਰ ਲੈਂਦੇ ਹਾਂ, ਤਾਂ ਕਿੰਨੇ ਏਕੜ ਜ਼ਮੀਨ ਹੈਗੀ ਹੈ ਜਿਹੜੀ ਇੱਥੋਂ ਦੀ ਖਰਾਬ ਹੋਈ? ਲਗਭਗ 1,000-1,500 ਏਕੜ ਜਿਹੜੀ ਜ਼ਮੀਨ ਇੱਥੇ ਖਰਾਬ ਹੋ ਗਈ ਸੀ। 1,000-1,500 ਜੀ ਸਰ। ਤਾਂ ਬਿਲਕੁਲ ਹਾਲਾਤ ਜਿਹੜੇ ਆ ਉਹ ਤੁਹਾਨੂੰ ਦਿਖਾ ਰਹੇ ਹਾਂ। ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ, ਸਰਕਾਰ ਦੇ ਵੱਲੋਂ ਐਲਾਨ ਕੀਤਾ ਗਿਆ ਸੀਗਾ ਕਿ ਜਿਹੜਾ ਕਿਸੇ ਦਾ ਘਰ ਡਿੱਗੂਗਾ ਤਾਂ ਉਸਨੂੰ ਮਦਦ ਕੀਤੀ ਜਾਏਗੀ, 1,25,000 ਰੁਪਈਏ ਘਰ ਦੇ ਨੁਕਸਾਨ ਲਈ ਦਿੱਤੇ ਜਾਣਗੇ। ਲੇਕਿਨ ਸਵਾਲ ਇਹ ਉੱਠਦਾ ਹੈ ਕਿ ਆਖਿਰ ਪਾਣੀ ਜਿਹੜਾ ਹੈਗਾ ਉਹ ਕਦੋਂ ਘਟੇਗਾ, ਕਦੋਂ ਇਹਨਾਂ ਜਗ੍ਹਾ 'ਤੇ ਆ ਕੇ ਜਿਹੜਾ ਇੱਥੋਂ ਦਾ ਜਾਇਜ਼ਾ ਲਿਆ ਜਾਏਗਾ, ਉਸ ਤੋਂ ਬਾਅਦ ਰਿਪੋਰਟ ਤਿਆਰ ਹੋਏਗੀ ਔਰ ਉਸ ਤੋਂ ਬਾਅਦ ਜਿਹੜਾ ਮੁਆਵਜ਼ਾ ਦਿੱਤਾ ਜਾਏਗਾ। ਪਰ ਜਿਸ ਸ਼ਖਸ ਦਾ ਘਰ ਡਿੱਗ ਗਿਆ, ਘਰ ਦੇ ਨਾਮ 'ਤੇ ਸਿਰਫ ਇੱਕ ਦਰਵਾਜ਼ਾ ਹੀ ਖੜਾ ਰਹਿ ਗਿਆ, ਤਾਂ ਉਸ ਦੇ ਲਈ ਅੱਜ ਹੀ ਵਿਪਤਾ ਬਣ ਗਈ। ਉਹਨੂੰ ਰਹਿਣ ਦੇ ਲਈ, ਖਾਣ ਪੀਣ ਦੇ ਲਈ ਔਰ ਸਿਰ 'ਤੇ ਸਿਰ ਲੁਕਾਉਣ ਵਾਸਤੇ ਛੱਤ ਦੀ ਜਿਹੜੀ ਹੈ ਹੁਣੇ ਜ਼ਰੂਰਤ ਹੈਗੀ ਹੈ। ਹਾਲਾਤ ਜਿਹੜੇ ਆ ਉਹ ਕਾਫੀ ਚਿੰਤਾਜਨਕ ਬਣੇ ਹੋਏ ਆ। ਹਾਲਾਂਕਿ ਇਸ ਵਿਚਾਲੇ ਇੱਕ ਚੰਗੀ ਖਬਰ ਵੀ ਹੈ ਕਿ ਪਾਣੀ ਦਾ ਪੱਧਰ ਘਟਣਾ ਸ਼ੁਰੂ ਹੋ ਗਿਆ, ਲੇਕਿਨ ਹੁਣ ਜਿਵੇਂ ਜਿਵੇਂ ਪਾਣੀ ਘਟਦਾ ਜਾ ਰਿਹਾ ਉਵੇਂ ਉਵੇਂ ਹੋਰ ਕਈ ਮੁਸੀਬਤਾਂ ਜਿਹੜੀਆਂ ਹੈਗੀਆਂ ਉਹ ਸਿਰ ਚੁੱਕਣ ਲੱਗ ਗਈਆਂ। ਪਾਣੀ ਦੇ ਘਟਣ ਤੋਂ ਬਾਅਦ ਮੱਛਰਾਂ ਦਾ ਆਤੰਕ ਹੈਗਾ,
ਬਿਮਾਰੀਆਂ ਫੈਲਣ ਦਾ ਖਦਸ਼ਾ ਹੈਗਾ, ਹਾਲਾਤ ਜਿਹੜੇ ਆ ਵੱਧ ਤੋਂ ਬੱਤਰ ਹੈਗੇ ਆ। ਲੋਕਾਂ ਦਾ ਕਹਿਣਾ ਹੈ ਕਿ 1988 ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਵੇਖੇ ਸੀ, ਉਸ ਤੋਂ ਬਾਅਦ ਹੁਣ ਇਹ ਹਾਲਾਤ ਬਣੇ ਹੈ। ਔਰ ਜਿਹੜੀ ਨਵੀਂ ਜਨਰੇਸ਼ਨ ਹੈ ਉਹ ਤਾਂ ਜ਼ਿਆਦਾਤਰ ਲੋਕ ਜਿਹੜੇ ਆ ਉਹ ਪਾਣੀ ਦੇ ਵਿੱਚ ਤੈਰਨਾ ਵੀ ਨਹੀਂ ਜਾਂਦੇ, ਜਿਸ ਦੇ ਕਾਰਨ ਇੱਕ ਵੱਡੀ ਮੁਸੀਬਤ ਜਿਹੜੀ ਹੈ ਉਹ ਇਹਨਾਂ ਇਲਾਕਿਆਂ ਦੇ ਵਿੱਚ ਲੋਕਾਂ ਵਾਸਤੇ ਬਣੀ ਹੋਈ ਹੈ।